ਤਰਨ ਤਰਨ ਦੇ ਪਿੰਡ ਸੋਹਲ ਸੈਣ ਭਗਤਾ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸਦੀਏ ਕਿ ਪੰਚਾਇਤੀ ਇਲੈਕਸ਼ਨ ਦੀ ਜਿਹੜੀ ਚੱਲ ਰਹੀ ਸੀ ਔਰ ਇਹ ਤਸਵੀਰਾਂ ਨੇ ਜਿੱਥੇ ਉਹ ਸਾਹਮਣੀ ਸਾਈਡ ਤੇ ਸਕੂਲ ਹੈ ਔਰ ਇੱਥੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ। ਦੱਸਦੀਏ ਕਿ ਲਾਈਨ ਦੇ ਵਿੱਚ ਕੋਈ ਕਹਾ ਸੁਣੀ ਹੋਈ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਜਿਹੜੀ ਆ ਗੋਲੀ ਚਲਾ ਦਿੱਤੀ ਗਈ, ਜਿਨ੍ਹਾਂ ਦਾ ਇੱਕ ਧਿਰ ਦਾ ਬੰਦਾ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ। ਔਰ ਦੱਸਦੀਏ ਕਿ ਪੁਲਿਸ ਵੱਲੋਂ ਜਿਹੜੀ ਆ ਮਾਮਲੇ ਦੀ ਆ ਕੇ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SHO ਜਿਹੜੇ ਨੇ ਝਬਾਲਦੇ ਆਏ ਸੀ ਉਹਨਾਂ ਨਾਲ ਗੱਲ ਹੋਈ, ਲੇਕਿਨ ਬਾਈਟ ਦੇਣ ਤੋਂ ਫਿਲਹਾਲ ਤਾਂ ਉਹਨਾਂ ਨੇ ਇਨਕਾਰ ਕੀਤਾ। ਔਰ ਦੱਸਦੀਏ ਕਿ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਕਿ ਬਾਈਟ ਜਿਹੜੇ ਨੇ ਸੀਨੀਅਰ ਅਧਿਕਾਰੀ ਦੇ ਸਕਦੇ ਨੇ। ਫਿਲਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਉਸ ਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਫਿਲਹਾਲ ਹੁਣ ਜਿਹੜੀ ਵੋਟਿੰਗ ਜਿਹੜੀ ਹੈ ਸ਼ੁਰੂ ਹੋਈ ਹੈ। ਵੋਟਿੰਗ ਦੀ ਪ੍ਰਕਿਰਿਆ 10-15 ਮਿੰਟ ਜਿਹੜੀ ਬੰਦ ਰਹੀ, ਕਿਉਂਕਿ ਕਈਆਂ ਦੀਆਂ ਇੱਥੇ ਪੱਗਾਂ ਵੀ ਜਿਹੜੀਆਂ ਨੇ ਜ਼ਰੂਰ ਲੱਥੀਆਂ ਨੇ। ਫਿਲਹਾਲ ਵੋਟਿੰਗ ਹੁਣ ਜਿਹੜੀ ਹੈ ਅਮਨ ਅਮਾਨ ਦੇ ਨਾਲ ਫਿਰ ਤੋਂ ਸ਼ੁਰੂ ਹੋ ਗਈ ਹੈ। ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤਾ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸਦੀਏ ਕਿ ਪੰਚਾਇਤੀ ਇਲੈਕਸ਼ਨ ਦੀ ਜਿਹੜੀ ਚੱਲ ਰਹੀ ਸੀ ਔਰ ਇਹ ਤਸਵੀਰਾਂ ਨੇ ਜਿੱਥੇ ਉਹ ਸਾਹਮਣੀ ਸਾਈਡ ਤੇ ਸਕੂਲ ਹੈ ਔਰ ਇੱਥੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ। ਦੱਸਦੀਏ ਕਿ ਲਾਈਨ ਦੇ ਵਿੱਚ ਕੋਈ ਕਹਾ ਸੁਣੀ ਹੋਈ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਜਿਹੜੀ ਆ ਗੋਲੀ ਚਲਾ ਦਿੱਤੀ ਗਈ, ਜਿਨ੍ਹਾਂ ਦਾ ਇੱਕ ਧਿਰ ਦਾ ਬੰਦਾ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ। ਔਰ ਦੱਸਦੀਏ ਕਿ ਪੁਲਿਸ ਵੱਲੋਂ ਜਿਹੜੀ ਆ ਮਾਮਲੇ ਦੀ ਆ ਕੇ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SHO ਜਿਹੜੇ ਨੇ ਝਬਾਲਦੇ ਆਏ ਸੀ ਉਹਨਾਂ ਨਾਲ ਗੱਲ ਹੋਈ, ਲੇਕਿਨ ਬਾਈਟ ਦੇਣ ਤੋਂ ਫਿਲਹਾਲ ਤਾਂ ਉਹਨਾਂ ਨੇ ਇਨਕਾਰ ਕੀਤਾ। ਔਰ ਦੱਸਦੀਏ ਕਿ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਕਿ ਬਾਈਟ ਜਿਹੜੇ ਨੇ ਸੀਨੀਅਰ ਅਧਿਕਾਰੀ ਦੇ ਸਕਦੇ ਨੇ। ਫਿਲਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਉਸ ਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਫਿਲਹਾਲ ਹੁਣ ਜਿਹੜੀ ਵੋਟਿੰਗ ਜਿਹੜੀ ਹੈ ਸ਼ੁਰੂ ਹੋਈ ਹੈ। ਵੋਟਿੰਗ ਦੀ ਪ੍ਰਕਿਰਿਆ 10-15 ਮਿੰਟ ਜਿਹੜੀ ਬੰਦ ਰਹੀ, ਕਿਉਂਕਿ ਕਈਆਂ ਦੀਆਂ ਇੱਥੇ ਪੱਗਾਂ ਵੀ ਜਿਹੜੀਆਂ ਨੇ ਜ਼ਰੂਰ ਲੱਥੀਆਂ ਨੇ। ਫਿਲਹਾਲ ਵੋਟਿੰਗ ਹੁਣ ਜਿਹੜੀ ਹੈ ਅਮਨ ਅਮਾਨ ਦੇ ਨਾਲ ਫਿਰ ਤੋਂ ਸ਼ੁਰੂ ਹੋ ਗਈ ਹੈ। ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤਾ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸਦੀਏ ਕਿ ਪੰਚਾਇਤੀ ਇਲੈਕਸ਼ਨ ਦੀ ਜਿਹੜੀ ਚੱਲ ਰਹੀ ਸੀ ਔਰ ਇਹ ਤਸਵੀਰਾਂ ਨੇ ਜਿੱਥੇ ਉਹ ਸਾਹਮਣੀ ਸਾਈਡ ਤੇ ਸਕੂਲ ਹੈ ਔਰ ਇੱਥੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ। ਦੱਸਦੀਏ ਕਿ ਲਾਈਨ ਦੇ ਵਿੱਚ ਕੋਈ ਕਹਾ ਸੁਣੀ ਹੋਈ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਜਿਹੜੀ ਆ ਗੋਲੀ ਚਲਾ ਦਿੱਤੀ ਗਈ, ਜਿਨ੍ਹਾਂ ਦਾ ਇੱਕ ਧਿਰ ਦਾ ਬੰਦਾ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ। ਔਰ ਦੱਸਦੀਏ ਕਿ ਪੁਲਿਸ ਵੱਲੋਂ ਜਿਹੜੀ ਆ ਮਾਮਲੇ ਦੀ ਆ ਕੇ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SHO ਜਿਹੜੇ ਨੇ ਝਬਾਲਦੇ ਆਏ ਸੀ ਉਹਨਾਂ ਨਾਲ ਗੱਲ ਹੋਈ, ਲੇਕਿਨ ਬਾਈਟ ਦੇਣ ਤੋਂ ਫਿਲਹਾਲ ਤਾਂ ਉਹਨਾਂ ਨੇ ਇਨਕਾਰ ਕੀਤਾ। ਔਰ ਦੱਸਦੀਏ ਕਿ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਕਿ ਬਾਈਟ ਜਿਹੜੇ ਨੇ ਸੀਨੀਅਰ ਅਧਿਕਾਰੀ ਦੇ ਸਕਦੇ ਨੇ। ਫਿਲਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਉਸ ਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਫਿਲਹਾਲ ਹੁਣ ਜਿਹੜੀ ਵੋਟਿੰਗ ਜਿਹੜੀ ਹੈ ਸ਼ੁਰੂ ਹੋਈ ਹੈ। ਵੋਟਿੰਗ ਦੀ ਪ੍ਰਕਿਰਿਆ 10-15 ਮਿੰਟ ਜਿਹੜੀ ਬੰਦ ਰਹੀ, ਕਿਉਂਕਿ ਕਈਆਂ ਦੀਆਂ ਇੱਥੇ ਪੱਗਾਂ ਵੀ ਜਿਹੜੀਆਂ ਨੇ ਜ਼ਰੂਰ ਲੱਥੀਆਂ ਨੇ। ਫਿਲਹਾਲ ਵੋਟਿੰਗ ਹੁਣ ਜਿਹੜੀ ਹੈ ਅਮਨ ਅਮਾਨ ਦੇ ਨਾਲ ਫਿਰ ਤੋਂ ਸ਼ੁਰੂ ਹੋ ਗਈ ਹੈ। ਤਰਨ ਤਾਰਨ ਦੇ ਪਿੰਡ ਸੋਹਲ ਸੈਣ ਭਗਤਾ ਵਿਖੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਦੱਸਦੀਏ ਕਿ ਪੰਚਾਇਤੀ ਇਲੈਕਸ਼ਨ ਦੀ ਜਿਹੜੀ ਚੱਲ ਰਹੀ ਸੀ ਔਰ ਇਹ ਤਸਵੀਰਾਂ ਨੇ ਜਿੱਥੇ ਉਹ ਸਾਹਮਣੀ ਸਾਈਡ ਤੇ ਸਕੂਲ ਹੈ ਔਰ ਇੱਥੇ ਗੋਲੀ ਚੱਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ। ਦੱਸਦੀਏ ਕਿ ਲਾਈਨ ਦੇ ਵਿੱਚ ਕੋਈ ਕਹਾ ਸੁਣੀ ਹੋਈ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਜਿਹੜੀ ਆ ਗੋਲੀ ਚਲਾ ਦਿੱਤੀ ਗਈ, ਜਿਨ੍ਹਾਂ ਦਾ ਇੱਕ ਧਿਰ ਦਾ ਬੰਦਾ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ। ਔਰ ਦੱਸਦੀਏ ਕਿ ਪੁਲਿਸ ਵੱਲੋਂ ਜਿਹੜੀ ਆ ਮਾਮਲੇ ਦੀ ਆ ਕੇ ਇੱਥੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SHO ਜਿਹੜੇ ਨੇ ਝਬਾਲਦੇ ਆਏ ਸੀ ਉਹਨਾਂ ਨਾਲ ਗੱਲ ਹੋਈ, ਲੇਕਿਨ ਬਾਈਟ ਦੇਣ ਤੋਂ ਫਿਲਹਾਲ ਤਾਂ ਉਹਨਾਂ ਨੇ ਇਨਕਾਰ ਕੀਤਾ। ਔਰ ਦੱਸਦੀਏ ਕਿ ਦੂਸਰੇ ਪਾਸੇ ਉਹਨਾਂ ਦਾ ਕਹਿਣਾ ਕਿ ਬਾਈਟ ਜਿਹੜੇ ਨੇ ਸੀਨੀਅਰ ਅਧਿਕਾਰੀ ਦੇ ਸਕਦੇ ਨੇ। ਫਿਲਹਾਲ ਪੁਲਿਸ ਜਿਹੜੀ ਆ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਉਸ ਦੇ ਨਾਲ ਹੀ ਜੇ ਗੱਲ ਕਰ ਲਈਏ ਤਾਂ ਫਿਲਹਾਲ ਹੁਣ ਜਿਹੜੀ ਵੋਟਿੰਗ ਜਿਹੜੀ ਹੈ ਸ਼ੁਰੂ ਹੋਈ ਹੈ। ਵੋਟਿੰਗ ਦੀ ਪ੍ਰਕਿਰਿਆ 10-15 ਮਿੰਟ ਜਿਹੜੀ ਬੰਦ ਰਹੀ, ਕਿਉਂਕਿ ਕਈਆਂ ਦੀਆਂ ਇੱਥੇ ਪੱਗਾਂ ਵੀ ਜਿਹੜੀਆਂ ਨੇ ਜ਼ਰੂਰ ਲੱਥੀਆਂ ਨੇ। ਫਿਲਹਾਲ ਵੋਟਿੰਗ ਹੁਣ ਜਿਹੜੀ ਹੈ ਅਮਨ ਅਮਾਨ ਦੇ ਨਾਲ ਫਿਰ ਤੋਂ ਸ਼ੁਰੂ ਹੋ ਗਈ ਹੈ।